ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਪਾਕਿਸਤਾਨ ਦੇ ਨਾਲ ਇੰਡੀਆ ਦੇ ਬਾਰਡਰ ਤੇ ਲਹਿੰਦੇ ਪੰਜਾਬ ਦਾ ਬਹੁਤ ਹੀ ਵੱਡਾ ਜ਼ਿਲ੍ਹਾ ਬਹਾਵਲ ਨਗਰ ਤੁਸੀਂ ਵੇਖ ਰਹੇ ਹੋ। ਮਿੱਤਰੋ, ਬਹਾਵਲ ਨਗਰ ਸ਼ਹਿਰ ਸਦੀਆਂ ਪੁਰਾਣਾ ਤੇ ਤਾਰੀਖੀ ਸ਼ਹਿਰ ਹੈ। ਕਿਵੇਂ ਪਾਕਿਸਤਾਨ ਤੋਂ ਪਹਿਲੇ ਇਹਦੇ ਵਿੱਚ ਕਰਾੜ ਵਸਦੇ ਸਨ, ਸਿੱਖ ਵਸਦੇ ਸਨ। ਇਸ ਸ਼ਹਿਰ ਦੇ ਸਾਰੇ ਕਾਰੋਬਾਰ ਤੇ ਉਹਨਾਂ ਦਾ ਕਬਜ਼ਾ ਹੁੰਦਾ ਸੀ। ਕਿਆਮੇ ਪਾਕਿਸਤਾਨ ਤੋਂ ਬਾਅਦ ਇਸ ਸ਼ਹਿਰ ਦੇ ਵਿੱਚ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ ਤੇ ਅੱਜ ਇਸ ਪੂਰੇ ਸ਼ਹਿਰ ਤੇ ਜਿੰਨੇ ਵੀ ਕਾਰੋਬਾਰੀ ਮਰਾਕਜ਼ ਨੇ, ਛੋਟਾ ਹੈ ਚਾਹੇ ਸਬਜ਼ੀ ਦੁਕਾਨ ਹੈ ਚਾਹੇ ਕਰਿਆਨੇ ਦੁਕਾਨ ਹੈ ਚਾਹੇ ਕੋਈ ਡਿਪਾਰਟਮੈਂਟਲ ਸਟੋਰ ਹੈ ਚਾਹੇ ਕੋਈ ਫੈਕਟਰੀ ਹੈ, ਸਾਰੇ ਦੇ ਸਾਰੇ ਮਾਲਕ ਮੁਸਲਮਾਨ ਨੇ, ਅਲਹਮਦੁਲਿਲਾ। ਇਸ ਸ਼ਹਿਰ ਦੇ ਵਿੱਚ ਅੱਜ ਦੁਨੀਆਂ ਦੀ ਹਰ ਸਹੂਲਤ ਮੌਜੂਦ ਹੈ। ਖਾਓ ਤਾਲੀਮ ਦੇ ਇਦਾਰੇ ਹੋਣ, ਸਕੂਲ ਕੁੜੀਆਂ ਦੇ, ਮੁੰਡਿਆਂ ਦੇ ਕਾਲਜ ਤੇ ਕਾਫੀ ਸਾਰੇ ਯੂਨੀਵਰਸਿਟੀਆਂ ਦੇ ਕੈਂਪਸ ਵੀ ਚੱਲ ਰਹੇ ਨੇ ਔਰ ਬੜੇ ਅੱਛੇ ਤਰੀਕੇ ਨਾਲ ਚਲਾਏ ਜਾ ਰਹੇ ਨੇ। ਇਸ ਤੋਂ ਇਲਾਵਾ ਹਸਪਤਾਲ ਵੀ ਕਾਫੀ ਸਾਰੇ ਮੌਜੂਦ ਨੇ, ਸਰਕਾਰੀ ਹਸਪਤਾਲ ਤੇ ਬਹੁਤ ਵੱਡਾ ਇੱਥੇ ਮੌਜੂਦ ਹੈ ਤੇ ਪ੍ਰਾਈਵੇਟ ਹਸਪਤਾਲ ਵੀ ਕਾਫੀ ਸਾਰੇ ਇੱਥੇ ਮੌਜੂਦ ਨੇ ਜਿਹੜੇ ਕਿ ਸਿਹਤ ਦੀਆਂ ਸਹੂਲਤਾਂ ਪ੍ਰੋਵਾਈਡ ਕਰ ਰਹੇ ਨੇ। ਖੇਲਾਂ ਵਾਸਤੇ ਇੱਕ ਬਹੁਤ ਵੱਡਾ ਸਟੇਡੀਅਮ ਵੀ ਮੌਜੂਦ ਹੈ। ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਹੰਗਾਮੀ ਲੈਂਡਿੰਗ ਵਾਸਤੇ ਇੱਥੇ ਵੀ ਇੱਕ ਟਰੈਕ ਬਣਿਆ ਹੋਇਆ ਹੈ। ਸਬਜ਼ੀ ਦੀ ਖਰੀਦੋ ਫਰੋਖਤ ਵਾਸਤੇ ਸਬਜ਼ੀ ਮੰਡੀ ਵੀ ਮੌਜੂਦ ਹੈ। ਮਾਲ ਮਵੇਸ਼ੀ ਦੀ ਖਰੀਦੋ ਫਰੋਖਤ ਵਾਸਤੇ ਇੱਕ ਬਹੁਤ ਵੱਡੀ ਮਾਲ ਮਵੇਸ਼ੀ ਮੰਡੀ ਵੀ ਮੌਜੂਦ ਹੈ। ਬੱਚਿਆਂ ਤੇ ਵੱਡਿਆਂ ਦੀ ਤਫਰੀ ਵਾਸਤੇ ਪਾਰਕ ਵੀ ਬਹੁਤ ਆਲਾ ਦਰਜੇ ਦੇ ਇੱਥੇ ਮੌਜੂਦ ਨੇ ਤੇ ਚਿੜੀਆ ਘਰ ਵੀ ਇੱਥੇ ਹੈਗਾ ਹੈ। ਮਿੱਤਰੋ, ਜੇ ਸਫਰੀ ਸਹੂਲਤ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਹਰ ਸ਼ਹਿਰ ਦੇ ਵਿੱਚ ਜਾਣ ਵਾਸਤੇ ਸਵਾਰੀ ਇਸ ਸ਼ਹਿਰ ਦੇ ਵਿੱਚੋਂ ਮਿਲ ਜਾਂਦੀ ਹੈ। ਬਹੁਤ ਵੱਡਾ ਅੱਡਾ ਵੀ ਇੱਥੇ ਮੌਜੂਦ ਹੈ, ਬਾਈਪਾਸ ਵੀ ਹੈਗੇ ਨੇ ਔਰ ਹਰ ਕਿਸਮ ਦੀ ਟ੍ਰੈਫਿਕ ਆਸਾਨੀ ਨਾਲ ਗੁਜ਼ਰ ਜਾਂਦੀ ਹੈ। ਮਿੱਤਰੋ, ਹੁਣ ਅਸੀਂ ਬਹਾਵਲ ਨਗਰ ਦੇ ਸਭ ਤੋਂ ਮਸ਼ਹੂਰ ਤਰੀਨ ਅੱਡਾ ਬਹਾਵਲੀ ਚੌਕ, ਬਹਾਵਲੀ ਅੱਡਾ ਦੇ ਕੋਲ ਆ ਗਏ ਹਾਂ। ਇਹ ਤੁਸੀਂ ਵੇਖ ਰਹੇ ਹੋ ਕਿ ਇੱਕ ਵਕਤ ਸੀ ਜਦੋਂ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਸੀ, ਅੱਜ ਰਸ਼ ਤੇ ਹੈ ਲੇਕਿਨ ਉਸ ਕਦਰ ਨਹੀਂ ਹੈ ਤੇ ਇੱਥੋਂ ਵੈਗਨਾਂ ਪੂਰੇ ਪੰਜਾਬ ਨੂੰ ਜਾਂਦੀਆਂ ਸਨ। ਇੱਥੋਂ ਇੱਕ ਰੋਡ ਜਿਹੜਾ ਹੈ ਉਹ ਚਿਸ਼ਤੀਆਂ ਮੰਡੀ ਨੂੰ ਚਲਾ ਗਿਆ, ਇੱਕ ਹਰੂਨਾਬਾਦ ਫੋਟਾਬਾਸ ਨੂੰ ਚਲਾ ਗਿਆ, ਇੱਕ ਸ਼ਹਿਰ ਦੀ ਤਰਫ ਆ ਗਿਆ। ਬਹੁਤ ਹੀ ਮਸਰੂਫ ਤਰੀਨ ਚੌਕ ਹੈ। ਇੱਕ ਹੋਰ ਮਸਰੂਫ ਤਰੀਨ ਬਾਜ਼ਾਰ ਦੇ ਵਿੱਚ ਅਸੀਂ ਇਸ ਵਕਤ ਆ ਗਏ ਹਾਂ ਜਿੱਥੇ ਫਰੂਟਸ ਸਬਜ਼ੀ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ। ਹਰ ਪਾਸੇ ਸ਼ੋਰ ਸ਼ਰਾਬਾ ਤੇ ਹਾਕਰਾਂ ਦੀਆਂ ਆਵਾਜ਼ਾਂ ਤੇ ਟੇਪਾਂ ਦੀਆਂ ਆਵਾਜ਼ਾਂ ਖਰੀਦਦਾਰਾਂ ਨੂੰ ਆਪਣੀ ਤਰਫ ਮਤਵੱਜੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।
ਲੈਂਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਸ ਵਕਤ ਅਸੀਂ ਬਹਾਵਲ ਨਗਰ ਸ਼ਹਿਰ ਦੇ ਸਭ ਤੋਂ ਮਸਰੂਫ ਤਰੀਨ ਤੇ ਖਰੀਦਦਾਰੀ ਦੇ ਮਰਕਜ਼ ਡਾਬਾ ਬਾਜ਼ਾਰ ਦੇ ਵਿੱਚ ਆ ਚੁੱਕੇ ਹਾਂ। ਔਰ ਇਹ ਤੁਸੀਂ ਦੁਕਾਨਾਂ ਦੇਖ ਰਹੇ ਹੋ, ਹਰ ਕਿਸਮ ਦੀ ਚੀਜ਼ ਇਸ ਬਾਜ਼ਾਰ ਵਿੱਚੋਂ ਮਿਲ ਜਾਂਦੀ ਹੈ। ਕਿਵੇਂ ਪਾਕਿਸਤਾਨ ਤੋਂ ਪਹਿਲੇ ਵੀ ਇਹ ਬਾਜ਼ਾਰ ਇਸੇ ਤਰ੍ਹਾਂ ਸਜਿਆ ਹੋਇਆ ਮਿਲਦਾ ਸੀ, ਔਰ ਅੱਜ ਵੀ ਉਸੇ ਤਰ੍ਹਾਂ ਸਜਿਆ ਹੋਇਆ, ਸੰਵਰਿਆ ਹੋਇਆ, ਗਾਹਕਾਂ ਨਾਲ ਭਰਿਆ ਹੋਇਆ ਹੀ ਤੁਹਾਨੂੰ ਨਜ਼ਰ ਆਏਗਾ। ਕਿਉਂਕਿ ਅੱਜ ਜੁਮਾਤੁਲ ਮੁਬਾਰਕ ਹੈ, ਇਸ ਵਜ੍ਹਾ ਤੋਂ ਕੁਝ ਦੁਕਾਨਾਂ ਬੰਦ ਵੀ ਤੁਹਾਨੂੰ ਨਜ਼ਰ ਆਉਣਗੀਆਂ। ਸੱਜਣੋ ਤੇ ਮਿੱਤਰੋ, ਇਸ ਬਾਜ਼ਾਰ ਵਿੱਚ ਕਰਾਕਰੀ ਦੀਆਂ ਦੁਕਾਨਾਂ, ਗਰਾਸਰੀ ਦੀਆਂ ਦੁਕਾਨਾਂ, ਲੀੜੇ ਲੱਤੇ ਦੀਆਂ ਦੁਕਾਨਾਂ, ਮਨਿਆਰੇ ਦੀਆਂ ਦੁਕਾਨਾਂ, ਸੁਨਹਿਰਿਆਂ ਦੀਆਂ ਦੁਕਾਨਾਂ, ਖਿਲੌਣਿਆਂ ਦੀਆਂ ਦੁਕਾਨਾਂ, ਜੁੱਤੀਆਂ ਦੀਆਂ ਦੁਕਾਨਾਂ, ਪੰਸਾਰੀਆਂ ਤੇ ਹਕੀਮਾਂ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਮੋਬਾਈਲ ਦੀਆਂ ਦੁਕਾਨਾਂ, ਕੰਪਿਊਟਰਾਂ ਦੀਆਂ ਦੁਕਾਨਾਂ, ਕਿਤਾਬਾਂ ਦੀਆਂ ਦੁਕਾਨਾਂ, ਗਾਰਮੈਂਟਸ ਦੀਆਂ ਦੁਕਾਨਾਂ, ਸਬਜ਼ੀ ਦੀਆਂ ਦੁਕਾਨਾਂ, ਫਰੂਟਸ ਦੀਆਂ ਦੁਕਾਨਾਂ, ਹਿੱਸਾ ਮੁਕਤਸਰ ਜ਼ਰੂਰੀਅਤ ਜ਼ਿੰਦਗੀ ਦੀ ਹਰ ਸ਼ੈ ਇਸ ਬਾਜ਼ਾਰ ਵਿੱਚੋਂ ਲੱਭ ਜਾਂਦੀ ਹੈ। ਮਿੱਤਰੋ, ਇਹ ਬਾਜ਼ਾਰ ਸਭ ਤੋਂ ਕਦੀਮੀ ਬਾਜ਼ਾਰ ਹੈ, ਕਿਉਂਕਿ ਇਹ ਜਿਹੜੇ ਪੁਰਾਣੇ ਮਕਾਨ ਤੁਸੀਂ ਵੇਖ ਰਹੇ ਹੋ ਇਹ ਚਬਾਰੇ ਨੇ, ਔਰ ਇਹ ਪੂਰੇ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਪੁਰਾਣੇ ਤੁਹਾਨੂੰ ਮਕਾਨ ਨਜ਼ਰ ਆਉਣਗੇ। ਯਕੀਨਨ ਇਸ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਰੌਣਕ ਲੱਗੀ ਹੁੰਦੀ ਹੋਏਗੀ। ਮਿੱਤਰੋ, ਇਸ ਬਾਜ਼ਾਰ ਚੋਂ ਨਿਕਲ ਕੇ ਅਸੀਂ ਆ ਗਏ ਮਿੰਚਨ ਚੌਕ ਤੇ ਮਿੰਚਨਾਬਾਦ ਰੋਡ ਤੇ। ਇਹ ਰੋਡ ਵੀ ਬਹੁਤ ਮਸਰੂਫ ਤਰੀਨ ਰੋਡ ਹੈ। ਇਸ ਰੋਡ ਤੇ ਵੀ ਬਹਾਵਲ ਨਗਰ ਦੇ ਕਾਫੀ ਸਾਰੇ ਅਹਿਮ ਮਕਾਮਾਤ ਐਸੇ ਨੇ ਜਿਹੜੇ ਕਿ ਤੁਹਾਨੂੰ ਦਿਖਾਏ ਜਾ ਸਕਦੇ ਨੇ। ਮਿੱਤਰੋ, ਇਹ ਰੋਡ ਜ਼ਿਲ੍ਹਾ ਬਹਾਵਲ ਨਗਰ ਦੀ ਬਿਹਤਰੀਨ ਤਹਿਸੀਲ ਮਿੰਚਨਾਬਾਦ ਨੂੰ ਜਾਂਦਾ ਹੈ। ਮਿੰਚਨਾਬਾਦ ਦੇ ਵਿੱਚੋਂ ਲੰਘ ਕੇ ਅੱਗੇ ਹੈਡ ਸੁਲੇਮਾਨ ਕੀ ਕ੍ਰਾਸ ਕਰਦਾ ਹੈ, ਹਵੇਲੀ ਲੱਖਾ ਦੇ ਵਿੱਚੋਂ ਕ੍ਰਾਸ ਕਰਦਾ ਹੋਇਆ ਤੇ ਉਕਾੜੇ ਤੇ ਉਕਾੜੇ ਤੋਂ ਲਾਹੌਰ ਚਲਾ ਜਾਂਦਾ ਹੈ। ਮਿੱਤਰੋ, ਇਸ ਰੋਡ ਤੇ ਬੈਂਕਾਂ ਤੋਂ ਇਲਾਵਾ ਵਿਰਚੁਅਲ ਯੂਨੀਵਰਸਿਟੀ ਦਾ ਮੇਨ ਕੈਂਪਸ ਵੀ ਇਸੇ ਰੋਡ ਤੇ ਮੌਜੂਦ ਹੈ, ਜਿਹੜਾ ਕਿ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ। Thank you.
ਮਿੱਤਰੋ ਅੱਗੇ ਇਹ ਤੁਸੀਂ ਇੱਕ ਵੇਖ ਰਹੇ ਹੋ ਚੌਕ ਆ ਗਿਆ ਜਿਹਨੂੰ ਬਾਈਪਾਸ ਚੌਕ ਆਖਿਆ ਜਾਂਦਾ। ਇਸ ਚੌਕ ਦੇ ਆਸੇ ਪਾਸੇ ਖਾਣ ਪੀਣ ਵਾਲੇ ਸਾਰੇ ਹੋਟਲ ਨੇ। ਇੱਥੋਂ ਦੀ ਮਟਨ ਕੜਾਈ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਤੇ ਦੂਰ ਦਰਾਜ ਤੋਂ ਲੋਕ ਆ ਕੇ ਇੱਥੇ ਇੰਜੋਏ ਕਰਦੇ ਨੇ। ਹੋਟਲਾਂ ਤੋਂ ਇਲਾਵਾ ਇਸ ਰੋਡ ਤੇ ਟਰੱਕਾਂ ਦੇ ਅੱਡੇ, ਬੱਸਾਂ ਦੇ ਅੱਡੇ, ਰਕਸ਼ਿਆਂ ਦੇ ਅੱਡੇ ਤੇ ਪੈਟਰੋਲ ਪੰਪ ਤੇ ਮਾਰਬਲ ਦੀਆਂ ਫੈਕਟਰੀਆਂ ਵੀ ਇਸੇ ਰੋਡ ਤੇ ਨੇ। ਮਿੱਤਰੋ, ਫੌਜੀ ਛਾਉਣੀ ਤੋਂ ਪਹਿਲੇ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਇੱਕ ਬਹੁਤ ਵੱਡਾ ਕੈਂਪਸ ਵੀ ਇੱਥੇ ਮੌਜੂਦ ਹੈ। ਇੱਥੇ ਬਹਾਵਲ ਨਗਰ ਦੇ ਤਾਲਬ ਇਲਮਾਂ ਦਾ ਆਲਾ ਤਾਲੀਮ ਹਾਸਲ ਕਰਨ ਦਾ ਖਾਬ ਸ਼ਰਮਿੰਦਾ ਤਾਬੀਰ ਹੁੰਦਾ ਹੈ। ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦੇ ਇਸ ਕੈਂਪਸ ਬਹਾਵਲ ਨਗਰ ਦੇ ਵਿੱਚ BS ਦੇ ਤਮਾਮ ਪ੍ਰੋਗਰਾਮ, MS ਦੇ ਤਮਾਮ ਪ੍ਰੋਗਰਾਮ, MPhil ਤੇ PhD ਦੇ ਤਮਾਮ ਪ੍ਰੋਗਰਾਮ ਜਾਰੀ ਨੇ। ਬਹਾਵਲ ਨਗਰ ਦੇ ਇਸ ਬਾਈਪਾਸ ਰੋਡ 'ਤੇ ਜ਼ੂ ਵੀ ਇੱਕ ਬਣਿਆ ਹੋਇਆ ਚਿੜੀਆ ਘਰ, ਜਿੱਥੇ ਬੱਚੇ ਛੋਟੇ ਵੱਡੇ ਸਾਰੇ ਆ ਕੇ ਇੰਟਰਟੇਨ ਹੁੰਦੇ ਨੇ। ਬਹਾਵਲ ਨਗਰ ਦੇ ਇਸ ਛੋਟੇ ਜਿਹੇ ਚਿੜੀਆ ਘਰ ਦੇ ਵਿੱਚ ਮਿੱਤਰੋ, ਦੂਸਰੇ ਜਾਨਵਰਾਂ ਦੀ ਤਰ੍ਹਾਂ ਬੰਦਰ ਵੀ ਬੱਚਿਆਂ ਨੂੰ ਆਪਣੇ ਮਾਸੂਮ ਹਰਕਤਾਂ ਨਾਲ ਮਹਿਸੂਸ ਕਰਦਿਆਂ ਹੋਇਆ ਨਜ਼ਰ ਆਉਂਦੇ ਨੇ। ਮਿੱਤਰੋ, ਹੁਣ ਅਸੀਂ ਆ ਗਏ ਕਾਲਜ ਰੋਡ 'ਤੇ। ਇਸ ਰੋਡ 'ਤੇ ਤਮਾਮ ਤਰ ਤਾਲੀਮੀ ਇੰਸਟੀਟਿਊਸ਼ਨ ਮੌਜੂਦ ਨੇ। ਪ੍ਰਾਈਵੇਟ ਸਕੂਲ ਵੀ ਨੇ, ਪ੍ਰਾਈਵੇਟ ਕਾਲਜ ਵੀ ਨੇ, ਸਰਕਾਰੀ ਸਕੂਲ ਵੀ ਨੇ ਅਤੇ ਸਰਕਾਰੀ ਕਾਲਜਸ ਵੀ ਇਸੇ ਰੋਡ 'ਤੇ ਮੌਜੂਦ ਨੇ। ਮਿੱਤਰੋ, ਇਸ ਕਾਲਜ ਰੋਡ ਤੋਂ ਥੋੜ੍ਹਾ ਜਿਹਾ ਅੱਗੇ ਜਾਈਏ ਜਿਹੜਾ ਕਿ ਮਨਜ਼ੂਰ ਮੋਲ ਚੌਕ ਨੂੰ ਰੋਡ ਜਾਂਦਾ ਹੈ। ਇਸ ਰੋਡ 'ਤੇ ਕਾਫੀ ਸਾਰੇ ਹਸਪਤਾਲ ਵੀ ਮੌਜੂਦ ਨੇ ਅਤੇ ਕਾਲੋਨੀਆਂ ਵੀ ਬਹੁਤ ਜ਼ਿਆਦਾ ਇਸ ਰੋਡ 'ਤੇ ਮੌਜੂਦ ਨੇ। ਥੋੜ੍ਹੇ ਜਿਹੇ ਫਾਸਲੇ 'ਤੇ ਅੱਗੇ ਫਾਟਕ ਆ ਜਾਂਦਾ, ਰੇਲਵੇ ਫਾਟਕ। ਫਾਟਕ ਕ੍ਰਾਸ ਕਰਦਿਆਂ ਹੀ ਅੱਗੇ ਚਿਸ਼ਤੀਆਂ ਰੋਡ ਆ ਜਾਂਦਾ, ਜਿਹੜਾ ਕਿ ਜ਼ਿਲ੍ਹਾ ਬਹਾਵਲ ਨਗਰ ਦੀ ਇੱਕ ਬੜੀ ਹੀ ਵੱਡੀ ਤਹਿਸੀਲ ਹੈ। ਚਿਸ਼ਤੀਆਂ ਮੰਡੀ, ਇਹ ਉਸ ਦੀ ਤਰਫ ਰੋਡ ਮੂਵ ਕਰਦਾ ਹੈ। ਮਨਜ਼ੂਰ ਮੋਲ ਚੌਕ ਤੋਂ ਤਕਰੀਬਨ 35 ਕਿਲੋਮੀਟਰ ਦੇ ਫਾਸਲੇ 'ਤੇ ਲਹਿੰਦੇ ਪਾਸੇ ਚਿਸ਼ਤੀਆਂ ਮੰਡੀ ਮੌਜੂਦ ਹੈ। Thank you.
ਸਾਬਕਾ ਡਿਪਟੀ ਸਪੀਕਰ ਪੰਜਾਬ ਅਸੈਂਬਲੀ ਮੀਆਂ ਮਨਜ਼ੂਰ ਅਹਿਮਦ ਮੋਲ ਦੇ ਨਾਮ ਤੋਂ ਨਿਸਬਤ ਰੱਖਣ ਵਾਲਾ ਇਹ ਚੌਕ ਮਨਜ਼ੂਰ ਮੋਲ ਚੌਕ ਇਹ ਬਾਈਪਾਸ ਦੇ ਉੱਤੇ ਬਿਲਕੁਲ ਬਣਿਆ ਹੋਇਆ। ਇੱਥੋਂ ਇੱਕ ਸੜਕ ਬਹਾਵਨ ਨਗਰ ਸ਼ਹਿਰ ਦੀ ਤਰਫ ਜਾਂਦੀ ਹੈ, ਇੱਕ ਚਿਸ਼ਤੀਆਂ ਮੰਡੀ ਨੂੰ ਜਾਂਦੀ ਹੈ, ਅਤੇ ਬਾਈਪਾਸ ਵਾਲੀ ਸੜਕ ਇੱਕ ਆਰਫ ਵਾਲੇ ਨੂੰ ਚਲੀ ਜਾਂਦੀ ਹੈ ਅਤੇ ਇਹ ਦੂਸਰੀ ਸਾਈਡ 'ਤੇ ਹਰੂਨਾਬਾਦ ਨੂੰ ਚਲੀ ਜਾਂਦੀ ਹੈ। ਮਿੱਤਰੋ, ਮੋਸਟਲੀ ਬੱਸਾਂ ਵਾਲੇ ਅੱਡੇ ਵੀ ਸਾਰੇ ਹੁਣ ਇਸ ਚੌਕ ਦੇ ਵਿੱਚ ਆ ਚੁੱਕੇ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਜਣੋ ਤੇ ਮਿੱਤਰੋ, ਅੱਜ ਦਾ ਆਖਰੀ ਪੁਆਇੰਟ ਬਹਾਵਨ ਨਗਰ ਸ਼ਹਿਰ ਦਾ ਸਭ ਤੋਂ ਖੂਬਸੂਰਤ ਪੁਆਇੰਟ ਸਤਲੁਜ ਕਲੋਨੀ ਹੈ। ਮਿਸਰ ਦੀ ਤਰਸ ਤੇ ਬਣੀ ਹੋਈ ਇਹ ਕਲੋਨੀ ਬੜੀ ਹੀ ਖੂਬਸੂਰਤ ਲੱਗਦੀ ਹੈ, ਔਰ ਤੁਸੀਂ ਅਗਰ ਕਦੇ ਮੌਕਾ ਮਿਲੇ ਬਾਈਪਾਸ ਤੋਂ ਗੁਜ਼ਰਨ ਦਾ, ਚੰਦ ਕਦਮਾਂ ਦੀ ਮੁਸਾਫਤ ਤੇ ਇਹ ਕਲੋਨੀ ਮੌਜੂਦ ਹੈ, ਤੁਸੀਂ ਇਹਦਾ ਵਿਜ਼ਿਟ ਕਰਨਾ। ਬਹੁਤ ਹੀ ਪੁਰਸਕੂਨ ਰਿਹਾਇਸ਼ ਗਾਵਾਂ ਇਸ ਜਗ੍ਹਾ ਤੇ ਮੌਜੂਦ ਨੇ। ਮਿੱਤਰੋ, ਇਸ ਕਲੋਨੀ ਦੇ ਸਾਹਮਣੇ ਬਹੁਤ ਜ਼ਬਰਦਸਤ ਇੱਕ ਪਾਰਕ ਬਣਿਆ ਹੋਇਆ ਜਿੱਥੇ ਫੈਮਲੀਜ਼ ਆਉਂਦੀਆਂ ਨੇ, ਬੱਚੇ ਆਉਂਦੇ ਨੇ ਔਰ ਬਹੁਤ ਜ਼ਿਆਦਾ ਇੰਟਰਟੇਨ ਹੁੰਦੇ ਨੇ। ਸ਼ਾਮ ਦੇ ਟਾਈਮ ਇੱਥੇ ਬਹੁਤ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਹੈ। ਮਿੱਤਰੋ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਬਹਾਵਨ ਨਗਰ ਦਾ ਹਰ ਖੂਬਸੂਰਤ ਪੁਆਇੰਟ ਦਿਖਾਇਆ ਜਾਵੇ। ਅਗਰ ਕੋਈ ਫਿਰ ਵੀ ਰਹਿ ਗਿਆ ਹੈ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਉਸ ਪੁਆਇੰਟ ਨੂੰ, ਉਸ ਜਗ੍ਹਾ ਨੂੰ ਮੈਂਸ਼ਨ ਕਰਨਾ ਹੈ। ਇਨਸ਼ਾਅੱਲਾ ਦੁਬਾਰਾ ਕਿਸੇ ਦਿਨ ਉਸ ਦੀ ਵੀਡੀਓ ਬਣਾ ਕੇ ਅਪਲੋਡ ਕਰਾਂਗਾ। ਤੁਹਾਡੇ ਨਾਲ ਮੇਰਾ ਪੱਕਾ ਵਾਅਦਾ ਹੈ। ਜੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਜਣੋ ਤੇ ਮਿੱਤਰੋ, ਅੱਜ ਤੁਹਾਨੂੰ ਵਿਖਾਇਆ ਬਹਾਵਨ ਨਗਰ ਸ਼ਹਿਰ, ਜਿਹੜਾ ਕਿ ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਅਤੇ ਬੜਾ ਹੀ ਖੂਬਸੂਰਤ ਸ਼ਹਿਰ ਹੈ। ਸਜਣੋ ਅਤੇ ਮਿੱਤਰੋ, ਅੱਜ ਇਸ ਪੂਰੀ ਵੀਡੀਓ ਬਣਾਉਣ ਦੇ ਵਿੱਚ ਜ਼ਫਰ ਸਾਹਿਬ ਦਾ ਮੁਕੰਮਲ ਅਤੇ ਭਰਪੂਰ ਤਾਵਨ ਮੇਰੇ ਨਾਲ ਰਿਹਾ। ਮੈਂ ਸ਼ੁਕਰੀਆ ਅਦਾ ਕਰਨਾ, ਤੁਸੀਂ ਵੀ ਇਹਨਾਂ ਦਾ ਕਮੈਂਟ ਦੇ ਜ਼ਰੀਏ ਸ਼ੁਕਰੀਆ ਅਦਾ ਕਰਿਆ ਜੇ, ਅਤੇ ਉਮੀਦ ਕਰਨਾ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਅਗਰ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ, ਕਮੈਂਟ ਕਰਨਾ, ਲਾਈਕ ਕਰਨਾ ਅਤੇ ਦੋਸਤਾਂ ਨਾਲ ਅੱਗੇ ਸ਼ੇਅਰ ਕਰਨਾ, ਅਤੇ ਬੈੱਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਲੈਣਾ, ਕਿਉਂਕਿ ਉਸ ਤੋਂ ਬਗੈਰ ਸਾਡੀ ਵੀਡੀਓ ਤੁਹਾਡੇ ਤੱਕ ਨਹੀਂ ਜਾਣੀ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੀ ਸਕਾਫਤ ਨੂੰ ਉਜਾਗਰ ਕੀਤਾ ਜਾਵੇ। ਔਰ ਇਹ ਤੁਸੀਂ ਦੇਖ ਰਹੇ ਹੋ ਪਿੱਛੇ ਸਾਡੇ ਡਾਚੀ ਖੜ੍ਹੀ ਹੈ, ਔਰ ਡਾਚੀ ਦੇ ਨਾਲ ਉਹਦਾ ਬੱਚਾ ਵੀ ਖੜ੍ਹਾ ਹੈ। ਸੋਹਣੇ ਸੋਹਣੇ ਪਿਆਰੇ ਪਿਆਰੇ ਜਾਨਵਰਾਂ ਨਾਲ ਪਿਆਰ ਕੀਤਾ ਕਰੋ, ਇਹਨਾਂ ਨਾਲ ਖਸੂਸੀ ਤੌਰ 'ਤੇ ਮੁਹੱਬਤ ਰੱਖਿਆ ਕਰੋ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।